साथी बेटी और साथा पुत्र कट्टो पुत्र केक चल दोनों वेलकम लो भी आज बच्चे घर दे विच आए हैं दोनों सीरत पे दिलशान भाई साथा रणवीर लेके आया ਵਿਰੋਧੀਆਂ ਦੀ ਚੱਲੀ ਚਾਲ ਫਲੌਪ ਹੋ ਗਈ ਹੈ ਬੱਚੇ ਫਿਰ ਹੱਸਦੇ ਵਸਦੇ ਪਾਪ ਦੇ ਪੈਰਾਂ ਦੇ ਵਿੱਚ ਆ ਕੇ ਮਾਫੀ ਮੰਗੇ ਆ ਤੁਹਾਨੂੰ ਦੱਸਦੇ ਆ ਸਾਰੀ ਕਹਾਣੀ ਕੀ ਹੋਇਆ ਅਸਲ ਦੇ ਵਿੱਚ ਬੇਟੀ ਵੱਲੋਂ ਵੀਡੀਓ ਪਾਈ ਗਈ ਗੁੱਸਾ ਗਿਲਾ ਕੀਤਾ ਗਿਆ ਬਾਪ ਦੇ ਨਾਲ ਤੇ ਜਿਹੜੀ ਚੀਜ਼ ਵਰਤੀ ਗਈ ਪਲੇਟਫਾਰਮ ਵਰਤਿਆ ਗਿਆ ਸੋਸ਼ਲ ਮੀਡੀਆ ਤੇ ਜਿਹੜੀ ਗੱਲ ਸਾਹਮਣੇ ਆਈ ਉੱਥੇ ਪਤਾ ਲੱਗ ਰਿਹਾ ਸੀ ਕਿ ਵਿਰੋਧੀ ਦਲਾਂ ਦੀ ਚਾਲ ਹੈ ਭਗਵੰਤ ਮਾਨ ਨੂੰ ਰਾਜਨੀਤੀ ਤੌਰ 'ਤੇ ਘੇਰਨ ਦੀ ਕਿਉਂਕਿ ਕੋਈ ਵੀ ਭ੍ਰਿਸ਼ਟਾਚਾਰ ਦਾ ਮੁੱਦਾ ਘੇਰ ਨਹੀਂ ਸਕਿਆ ਸੀ ਭਗਵੰਤ ਮਾਨ ਨੂੰ ਅਤੇ ਉਹ ਦਿਨੋਂ ਦਿਨ ਉਸਦੀ ਛਵੀ ਉੱਚੀ ਹੁੰਦੀ ਜਾਂਦੀ ਸੀ ਅਤੇ ਪੰਜਾਬ ਦੇ ਵਿੱਚ ਹਰਾਉਣਾ ਮੁਸ਼ਕਲ ਲੱਗਦਾ ਸੀ ਵਿਰੋਧੀ ਦਲਾਂ ਨੂੰ ਕਿਉਂਕਿ 2022 ਦੇ ਵਿੱਚ ਵੱਡਿਆ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜਲੰਧਰ ਦੀ ਜਿੰਮੀ ਚੋਣ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ ਸੀ ਭਗਵੰਤ ਮਾਨ ਅਤੇ ਉਹਨਾਂ ਨੂੰ ਕਿਵੇਂ ਹਰਾਇਆ ਜਾਵੇ 2024 ਦੇ ਇਲੈਕਸ਼ਨ ਦੇ ਵਿੱਚ ਇਸੇ ਲਈ ਲੱਗਦਾ ਹੈ ਬੇਟੀ ਦਾ ਸਹਾਰਾ ਲਿਆ ਗਿਆ ਪਰਿਵਾਰ ਵੱਲੋਂ ਆਰੋਪ ਲਗਾਏ ਗਏ ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਭਗਵੰਤ ਮਾਨ ਸ਼ਰਾਬ ਪੀਂਦਾ ਹੈ ਪਰ ਬਾਅਦ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵਿਰੋਧੀ ਦਲਾਂ ਦੇ ਉੱਤੇ ਕੋਈ ਵੀ ਭਰੋਸਾ ਨਹੀਂ ਕੀਤਾ ਅਤੇ ਭਗਵੰਤ ਮਾਨ ਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ ਅਤੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀ ਹੈ ਜਿਸ ਦੇ ਵਿੱਚ ਦਿਲਸ਼ਾਨ ਅਤੇ ਉਸਦੀ ਭੈਣ ਸੀਰਤ ਕੇਕ ਕੱਟ ਰਹੇ ਹੈ ਅਤੇ ਉਹਨਾਂ ਦਾ ਕੇਕ ਕਰਾ ਰਹੇ ਹੈ ਕੇਕ ਕਟਾ ਰਹੇ ਹੈ ਅਨਮੋਲ ਅਤੇ ਆਖਿਆ ਹੀ ਜਾ ਰਿਹਾ ਹੈ ਕਿ ਇਹ ਕਰਮਜੀਤ ਅਨਮੋਲ ਭਗਵੰਤ ਮਾਨ ਦੇ ਦੋਸਤ ਹੈ ਅਤੇ ਇਹਨਾਂ ਦੇ ਜ਼ਰੀਏ ਫਿਰ ਪਰਿਵਾਰ ਇਕਮਿਕ ਹੋ ਸਕਦਾ ਹੈ ਬਾਪ ਤੋਂ ਗਲਤੀ ਦੀ ਖਿਮਾ ਮੰਗ ਸਕਦੀ ਹੈ ਬੇਟੀ ਸੀਰਤ ਪਰ ਇਹ ਵੀਡੀਓ